ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਿੱਖ ਕੌਮ ਨੂੰ 34 ਸਾਲਾਂ ਬਾਅਦ ਕੋਰਟ ਤੋਂ ਜੋ ਰਾਹਤ ਦੀ ਖਬਰ ਆਈ ਹੈ, ਉਹ ਹੈ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ। 34 ਸਾਲ ਲਗਾਤਾਰ 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਆਜ਼ਾਦ ਘੁੰਮਦੇ ਰਹੇ, ਪਰ ਹੁਣ ਇੱਕ ਇੱਕ ਕਰਕੇ ਸਮੇਂ ਦੀ ਸਰਕਾਰ ਨੇ ਸਾਰੇ ਦੋਸ਼ੀ ਟੰਗਣੇ ਸ਼ੁਰੂ ਕਰ ਦਿੱਤੇ ਨੇ। ਦੋ ਦੋਸ਼ੀਆਂ ਨੂੰ ਪਹਿਲਾਂ ਸਜ਼ਾਵਾਂ ਹੋ ਚੁੱਕੀਆਂ ਸਨ, ਇੱਕ ਨੂੰ ਫਾਂਸੀ ਦੀ ਅਤੇ ਦੂਜੇ ਨੂੰ ਉਮਰ ਕੈਦ ਦੀ, ਤੇ ਵੱਡੇ ਮਗਰਮੱਛਾਂ ਦਾ ਕਿਆਸ ਇਹ ਲਗਾਇਆ ਜਾ ਰਿਹਾ ਸੀ ਬਹੁਤ ਜਲਦ ਉਹ ਵੀ ਸਲਾਖਾਂ ਦੇ ਪਿੱਛੇ ਹੋਣਗੇ। ਜਿਸ ਦੇ ਚੱਲਦਿਆਂ ਅੱਜ ਕੋਰਟ ਦਾ ਫੈਸਲਾ ਆ ਗਿਆ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ, ਜਿਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਿਕਰਮਜੀਤ ਸਿੰਘ ਮਜੀਠੀਏ ਨੇ ਪਰਮਾਤਮਾ ਅਤੇ ਭਾਰਤ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। How Congress lawyers were representing him in this case also, you all know that any Congress party senior intervention is done only when the Gandhi's some sort of interest is there. Kapil Sibal's son Amit Sibal is the main lawyer for Sajjan Kumar. That speaks volumes what they were trying to do, how they were trying to save this Sajjan Kumar. And the last thing, I think which Chima Sahib has said and Shromani Akali Dal also, asi jarur kehna chahunde ha, that this is the beginning. And like Bibi Jagdish Kaur ji has said, that 3000 Sikhaan de khoon de rangaan naal inna Congressiyan de hath rangay hoye hai. And she also felt, I'm just going to repeat because it says everything, and I think har Sikh di bhavna, ਇਨਸਾਫ ਪਸੰਦ ਦੀ ਭਾਵਨਾ ਹੀ ਸੀ। ਸ਼ੀ ਸੇਜ਼ ਵਾਟ ਵਾਜ ਮਾਈ ਫੋਲਟ ਦੈਟ ਆਈ ਵਾਜ ਬੋਰਨ ਇਨ ਟੂ ਅ ਸਿੱਖ ਫੈਮਿਲੀ, ਮਾਈ ਫਾਦਰ ਵਾਜ ਅ ਫਰੀਡਮ ਫਾਈਟਰ, ਬ੍ਰਦਰ ਇਨ ਦੀ ਆਰਮੀ, ਦ ਵੇ ਸੱਜਣ ਕੁਮਾਰ ਬਰਨਡ ਅ ਲਾਈਫ ਥਾਊਜ਼ੈਂਡਸ, ਹੀ ਸ਼ੁਡ ਫੇਸ ਦ ਸੇਮ ਫੇਟ, ਦੈਟ ਵੁੱਡ ਬੀ ਜਸਟਿਸ। ਦੇਰ ਇਜ਼ ਅ ਫੋਟੋ ਪਰੂਫ ਆਫ ਅਗੇਂਸਟ ਕਮਲਨਾਥ, ਥੋੜ੍ਹਾ ਸਕੂਨ ਮਿਲਿਆ ਇਨ ਦ ਸੈਂਸ ਉਮਰ ਕੈਦ ਇਜ ਅ ਵੈਲਕਮ, ਮਗਰ ਸਜ਼ਾਏ ਮੌਤ 3000 ਦੀ ਗੱਲ ਕਰ ਰਹੇ ਹਾਂ, ਜਿਹ 'ਚ ਬੱਚੇ ਬੱਚੀਆਂ ਬਜ਼ੁਰਗ ਨੌਜਵਾਨ ਜਿਉਂਦੇ ਜੀ ਸਭ ਤੋਂ ਭੈੜੇ ਤਰੀਕੇ ਨਾਲ, ਥਰਡ ਡਿਗਰੀ ਨਾਲ, ਮਤਲਬ ਜਿਹੜੇ ਸਾਰੇ ਤੁਸੀਂ ਕਹਿ ਲਓ ਮਾਪਦੰਡ ਜੇ ਵਾਰ ਦੇ ਵੀ ਛਿੱਕੇ ਤੇ ਟੰਗ ਕੇ ਉਸ ਤਰ੍ਹਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕਾਂਗਰਸ ਪਾਰਟੀ ਦੇ ਲੋਕਾਂ ਨੇ ਚਾੜਿਆ, ਇਸ ਲਈ ਉਹਨਾਂ ਲਈ ਤਾਂ ਕੋਈ ਵੀ ਸਜ਼ਾ ਛੋਟੀ ਪੈ ਜਾਊਗੀ। ਇਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖਹਿਰਾ ਦੀ, ਸੁਖਪਾਲ ਸਿੰਘ ਖਹਿਰਾ ਨੇ ਵੀ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਦੋਸਤੋ, ਇੱਕ ਵਾਰ ਫਿਰ ਮੈਨੂੰ ਤੁਹਾਡੇ ਨਾਲ ਦੁਬਾਰਾ ਲਾਈਵ ਹੋਣਾ ਪੈ ਰਿਹਾ, ਕਿਉਂਕਿ ਹੁਣੇ ਹੁਣੇ ਖਬਰ ਮਿਲੀ ਹੈ ਦਿੱਲੀ ਤੋਂ ਕਿ ਸੱਜਣ ਕੁਮਾਰ ਜਿਹੜਾ ਕਾਂਗਰਸ ਦਾ ਲੀਡਰ ਸੀ ਉਸ ਨੂੰ ਉਮਰ ਕੈਦ ਕੀਤੀ ਹੈ, ਜੋ 84 ਦਾ ਸਿੱਖ ਕਤਲੇਆਮ ਹੋਇਆ, ਨਸਲਕੁਸ਼ੀ ਹੋਈ। ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ, ਪਰੰਤੂ ਮੈਂ ਸਮਝਦਾ ਕਿ ਇਹ ਬਹੁਤ ਬਿਲੇਟਿਡ ਫੈਸਲਾ ਵਾ, ਬਹੁਤ ਦੇਰ ਬਾਅਦ ਆਇਆ। 34 ਸਾਲ ਜੱਦੋਜਹਿਦ ਕਰਕੇ ਇੱਕ ਲੀਡਰ ਫੜਿਆ ਗਿਆ ਵਾ, ਔਰ ਇੱਦਾਂ ਦੇ ਕਈ ਲੀਡਰ ਹਨ ਜਿਨ੍ਹਾਂ ਦੇ ਨਾਮ ਆ ਰਹੇ ਨੇ, ਟਾਈਟਲਰ ਵਰਗੇ, ਐਚ ਕੇ ਐਲ ਭਗਤ ਵਰਗੇ, ਜਿਹੜੇ ਹੁਣ ਇਸ ਦੁਨੀਆਂ 'ਚ ਨਹੀਂ ਹੈ, ਭਾਵਾਂ ਵੱਡੇ ਵੱਡੇ ਲੀਡਰ, ਬਹੁਤ ਸਾਰੇ RSS ਦੇ BJP ਦੇ ਵੀ ਲੋਕ ਉਸ ਹਜੂਮਾਂ ਵਿੱਚ ਇਕੱਤਰ ਸੀਗੇ। ਰਿਕਾਰਡ ਮੁਤਾਬਕ, ਹੁਣ ਮੈਨੂੰ ਨਾਮ ਭੁੱਲ ਰਿਹਾ ਉਸ ਵਿਅਕਤੀ ਦਾ, ਉਹ ਇੱਕ ਵਾਰ ਅਟਲ ਬਿਹਾਰੀ ਵਾਜਪਾਈ
ਇਲੈਕਸ਼ਨ ਲੜੇ ਸੀ ਲੋਕ ਸਭਾ ਦੇ, ਉਹਨਾਂ ਦੇ ਉਹ ਪੋਲਿੰਗ ਏਜੰਟ ਸੀ, ਉਹਨਾਂ ਦੇ ਇਲੈਕਸ਼ਨ ਏਜੰਟ ਸੀ ਇੱਕ ਆਦਮੀ, ਉਸਦਾ ਨਾਮ ਮੈਂ ਰਿਸਰਚ ਕਰਕੇ ਦੱਸ ਸਕਦਾ। ਉਹ ਸਾਰੇ ਨਿਕਲ ਨੁਕਲ ਗਏ, ਖੁਰਦ ਬੁਰਦ ਹੋ ਗਏ ਸਾਰੇ ਕੇਸ, ਔਰ ਜਿਸ ਢੰਗ ਦੇ ਨਾਲ ਚਾਹੇ ਉਹ ਪ੍ਰੋਸੀਕਿਊਸ਼ਨ ਏਜੰਸੀਆਂ ਸੀ ਉਹਨਾਂ ਨੇ ਬਹੁਤ ਇਸ ਕੇਸਾਂ ਨੂੰ ਲਟਕਾਇਆ, ਚਾਹੇ ਉਹ ਪੁਲਿਸ ਸੀਗੀ ਦਿੱਲੀ ਦੀ, ਜਾਂ ਕੁਛ ਕੇਸਿਸ CBI ਨੇ ਇਨਵੈਸਟੀਗੇਟ ਕੀਤੇ, ਬਹੁਤ ਜ਼ਿਆਦਾ ਦੇਰ ਲੱਗੀ ਆ। ਲੋਕਾਂ 'ਚ ਭਾਰੀ ਮਾਯੂਸੀ, ਨਾ ਸਿਰਫ ਸਿੱਖਾਂ ਦੇ ਵਿੱਚ, ਲੇਕਿਨ ਸਾਰੇ ਠੀਕ ਸੋਚ ਰੱਖਣ ਵਾਲੇ ਜਿਹੜੇ ਇਨਸਾਨ ਨੇ, ਸਾਰੇ ਧਰਮਾਂ ਦੇ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਅੱਜ ਦੇ ਯੁੱਗ ਵਿੱਚ 21ਵੀਂ ਸਦੀ 'ਚ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਉਹਨਾਂ ਨੂੰ ਟਾਇਰ ਪਾ ਕੇ ਗਲਾਂ ਵਿੱਚ ਸਾੜ ਦਿੱਤਾ ਗਿਆ, ਬਲਾਤਕਾਰ ਹੋਏ, ਪਰ ਉਹਦੀ ਕੋਈ ਕੋਗਨੀਜੈਂਸ ਨਹੀਂ ਲਈ ਗਈ ਕਾਨੂੰਨ ਵੱਲੋਂ। ਇਸ ਲਈ ਜਿਨ੍ਹਾਂ ਸੱਜਣਾਂ ਨੇ ਇਸ ਹਿੰਮਤ ਕਰਕੇ, ਮੈਨੂੰ ਹੁਣ ਪਤਾ ਨਹੀਂ ਐਗਜੈਕਟਲੀ, ਅਗਰ ਫੁਲਕਾ ਸਾਹਿਬ ਇਸ ਕੇਸ ਦੇ ਐਡਵੋਕੇਟ, ਕਿਉਂਕਿ ਬਹੁਤ ਸਾਰੇ ਕੇਸਿਸ ਦੀ ਪੈਰਵਾਈ ਕਰਦੇ ਆ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ। ਅਗਰ ਮੈਂ ਟਰੈਵਲ ਕਰ ਰਿਹਾ ਤਾਂ ਮੈਂ ਕੋਈ ਨਿਊਜ਼ ਵੀ ਨਹੀਂ ਸੁਣ ਸਕਿਆ, ਮੈਨੂੰ ਤਾਂ ਟੈਲੀਫੋਨ ਦੇ ਉੱਤੇ ਦੱਸਿਆ ਲੋਕਾਂ ਨੇ, ਫੁਲਕਾ ਸਾਹਿਬ ਨੇ ਅਗਰ ਇਸ ਕੇਸ ਦੀ ਪੈਰਵਾਈ ਕਰਕੇ ਸੱਜਣ ਕੁਮਾਰ ਵਰਗੇ ਇੱਕ ਕਾਤਲ ਨੂੰ ਲਾਈਫ ਸੈਂਟੈਂਸ ਦਵਾਈ ਆ, ਤਾਂ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ। ਵੈਸੇ ਵੀ ਦਿੰਦਾ ਵਾਂ, ਕਿਉਂਕਿ ਉਹਨਾਂ ਨੇ ਵੈਸੇ ਵੀ ਬਹੁਤ ਜੱਦੋਜਹਿਦ ਅਰਸੇ ਤੋਂ 1984 ਦੇ ਸਿੱਖ ਕਤਲੇਆਮ ਦੀ ਉਹਨਾਂ ਨੇ ਪੈਰਵਾਈ ਕੀਤੀ ਆ। ਦੇਖੋ, ਜਦੋਂ ਇਨਸਾਫ ਹੁੰਦਾ ਉਦੋਂ ਲੋਕਾਂ ਦਾ ਕਾਨੂੰਨ ਅਤੇ ਸੰਵਿਧਾਨ ਅਤੇ ਆਪਣੇ ਦੇਸ਼ ਵਿੱਚ ਵਿਸ਼ਵਾਸ ਵੱਧਦਾ ਵਾ, ਅਤੇ ਜਦੋਂ ਆਪਾਂ ਬੇਇਨਸਾਫੀ ਕਰਦੇ ਹਾਂ, ਜਦੋਂ ਆਪਾਂ ਲਗਾਤਾਰ 34 ਸਾਲ ਡਿਨਾਈ ਕਰਦੇ ਜਸਟਿਸ, ਉਦੋਂ ਵਿਸ਼ਵਾਸ ਟੁੱਟਦਾ ਹੈ ਲੋਕਾਂ ਦਾ। ਔਰ ਇਹ ਜਿਹੜਾ 84 ਦਾ ਕਤਲੇਆਮ ਸੀਗਾ, ਇਹ ਸਿਰਫ ਧੱਬਾ ਇਕੱਲੀ ਕਾਂਗਰਸ 'ਤੇ ਨਹੀਂ ਸੀਗਾ, ਇਹ ਇਸ ਸਿਸਟਮ ਦੇ, ਸੰਵਿਧਾਨ 'ਤੇ, ਇਸ ਜਮਹੂਰੀਅਤ ਦੇ ਉੱਤੇ, ਔਰ ਸਾਰੇ ਭਾਰਤ ਦੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਉੱਤੇ ਬਹੁਤ ਵੱਡਾ ਕਾਲਾ ਧੱਬਾ ਸੀ, ਪਾਰਲੀਮੈਂਟ 'ਤੇ ਕਾਲਾ ਧੱਬਾ ਸੀਗਾ। ਔਰ ਇਹ ਕਾਲਾ ਧੱਬਾ ਰਹੇਗਾ ਜਦੋਂ ਤੱਕ ਸਾਰਿਆਂ ਨੂੰ ਜਿੰਨੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਜਾਂਦਾ, ਸਜ਼ਾ ਸਖ਼ਤ ਤੋਂ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ। ਔਰ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ, ਬਟ ਵੀ ਵਾਂਟ ਦੈਟ ਜਸਟਿਸ ਸ਼ੁੱਡ ਪ੍ਰੀਵੇਲ ਐਂਡ ਆਲ ਦੋਜ ਗਿਲਟੀ ਵਿਦ ਇਰਰਿਸਪੈਕਟਿਵ ਆਫ ਵਾਟ ਦੇਅਰ ਸਟੇਟਸ ਇਜ਼ ਇਨ ਦਾ ਸੋਸਾਇਟੀ, ਭਾਵੇਂ ਉਹ MP ਸੀ ਜਾਂ ਮਿਨਿਸਟਰ ਸੀ, ਦੈਟ ਇਜ਼ ਇਰਰੈਲੀਵੈਂਟ। ਉਹ ਪਹਿਲਾਂ ਕਾਨੂੰਨ ਦੀ ਨਿਗਾਹ ਦੇ ਵਿੱਚ ਕਾਤਲ ਹੋਣੇ ਚਾਹੀਦੇ ਆ, ਉਹਨਾਂ ਨੇ ਇੱਕ ਬਹੁਤ ਜੈਨੋਸਾਈਡ ਦੇ ਵਿੱਚ ਹਿੱਸਾ ਲਿਆ ਵਾ। ਇਸ ਲਈ ਬਕਾਇਆ ਜਿਹੜਾ ਜਸਟਿਸ ਆ ਉਹ ਵੀ ਤੁਰੰਤ ਅਤੇ ਛੇਤੀ ਸਪੀਡੀ ਜਸਟਿਸ ਹੋਣਾ ਚਾਹੀਦਾ, ਔਰ ਸਾਰੀ ਸਮੂਹ ਜਿਹੜੇ ਵਕੀਲ ਸਾਹਿਬਾਨ ਨੇ ਇਸ ਕੇਸ ਦੀ ਪੈਰਵਾਈ ਕੀਤੀ, ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ। ਔਰ ਜਿਹੜੇ ਵਿਕਟਿਮਸ ਲੜ ਰਹੇ ਨੇ ਉਹਨਾਂ ਨੂੰ ਵੀ ਸਾਡਾ ਸਲਾਮ ਹੈ, ਜਿਹੜੇ ਲੋਕ 34 ਸਾਲ ਜਿਹਨਾਂ ਲੋਕਾਂ ਨੇ ਲੜਾਈ ਲੜੀ। ਕੁਛ ਆਗੂ ਕੇਅਰ ਕਹਿ ਦਿੰਦੇ, ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਨੂੰ ਭੁੱਲ ਜਾਣਾ ਚਾਹੀਦਾ, ਇਹ ਗੱਲਾਂ ਭੁੱਲਣ ਵਾਲੀਆਂ ਨਹੀਂ ਗੀਆਂ। ਇਸ ਲਈ ਜਿਹਨਾਂ ਲੋਕਾਂ ਨੇ ਇਸ ਦੀ ਜੱਦੋਜਹਿਦ ਕੀਤੀ ਆ, ਔਰ ਲੜਾਈ ਲੜੀ ਆ, ਔਰ ਜਿਹਨਾਂ ਲੋਕਾਂ ਦੇ ਪਰਿਵਾਰਾਂ ਦੇ ਮੈਂਬਰ ਮਾਰੇ ਗਏ ਸੀ, ਉਹਨਾਂ ਦੇ ਨਾਲ ਸਾਡੀ ਅੱਜ ਵੀ ਉਹਨਾਂ ਦੇ ਨਾਲ ਹਮਦਰਦੀ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਬਕਾਇਆ ਜਿਹੜੇ ਕੇਸਿਸ ਨੇ ਦੇ ਸ਼ੁੱਡ ਬੀ ਡਿਸਾਈਡਡ ਇਮੀਡੀਏਟਲੀ ਐਂਡ ਪੀਪਲ ਸ਼ੁੱਡ ਬੀ ਪਨਿਸ਼ਡ, ਨਾਟ ਓਨਲੀ ਲਾਈਫ ਸੈਂਟੈਂਸ ਬਟ ਇਹਨਾਂ ਲੋਕਾਂ ਨੂੰ ਤਾਂ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਆ। ਉਮੀਦ ਆ ਕਿ ਤੇ ਆਓ ਹੁਣ ਤੁਹਾਨੂੰ ਵਿਖਾਉਂਦੇ ਹਾਂ ਕਿ ਬੀਜੇਪੀ ਪੰਜਾਬ ਪ੍ਰਧਾਨ ਤਰੁਣ ਚੁੱਗ ਨੇ ਇਸ ਸਾਰੇ ਮਸਲੇ ਤੇ ਕੀ ਕਿਹਾ ਤੇ ਕਾਂਗਰਸ ਨੂੰ ਕਿੱਦਾਂ ਨਿਸ਼ਾਨੇ ਤੇ ਲਿੱਤਾ। 1984 ਦੇ ਸਿੱਖ ਕਤਲੋ ਗਾਰਜ ਅੱਜ ਇੱਕ ਬਹੁਤ ਮਹੱਤਵਪੂਰਨ ਫੈਸਲਾ ਆਇਆ। ਅਦਾਲਤ ਨੇ 84 ਦੇ ਸਿੱਖ ਕਤਲੋ ਗਾਰਜ ਦੇ ਮੁੱਖ ਦੋਸ਼ੀ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ ਦੇ ਵਿੱਚੋਂ ਇੱਕ ਨੂੰ ਅੱਜ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਇਹ ਫੈਸਲਾ ਸਰਾਹਨੀ ਹੈ, ਲੇਕਿਨ ਉਮਰ ਕੈਦ ਨਹੀਂ, ਅਸੀਂ ਸਮਝਦੇ ਹਾਂ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ਕਿਰੇ ਨਾ ਕਿਰੇ ਕਾਂਗਰਸ ਦੀ ਸਰਕਾਰ ਜਿਹੜੀ ਕਈ ਸਾਲ
ਰਾਚਰੇ ਹੀ ਉਹਨਾਂ ਨੇ ਇਹ ਕੇਸਾਂ ਨੂੰ ਦਬਾ ਕੇ ਰੱਖਿਆ। ਸਿੱਖ ਕਤਲੋਗਾਰ ਦਾ ਨੇਤ੍ਰਿਤਵ ਕਰਨ ਵਾਲੇ ਲੋਕਾਂ ਨੂੰ ਸੁਸ਼ੋਭਿਤ ਕੀਤਾ ਗਿਆ, ਮਹਾਮੰਡਿਤ ਕੀਤਾ ਗਿਆ। ਨਰਿੰਦਰ ਮੋਦੀ ਦੀ ਸਰਕਾਰ ਜਦੋਂ ਆਈ ਸੀ, ਅਸੀਂ ਫੈਸਲਾ ਲਿੱਤਾ ਸੀ ਕਿ ਅਸੀਂ ਸਿੱਟ ਬਣਾ ਕੇ ਅਦਾਲਤਾਂ ਨੂੰ ਇਹ ਸਾਰੇ ਕੇਸ ਭੇਜਾਂਗੇ ਤਾਂ ਕਿ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇ ਜਿਨ੍ਹਾਂ ਦੇ ਨਾਲ ਕਾਂਗਰਸ ਦੀ ਸਰਕਾਰ 'ਚ ਅਨਿਆਏ ਹੋਇਆ, ਗਲਿਆਂ 'ਚ ਟਾਇਰ ਪਾ ਕੇ ਜਲਾ ਦਿੱਤੇ ਗਏ, ਗੁਰਦੁਆਰੇ ਜਲਾ ਦਿੱਤੇ ਗਏ, ਸਕੂਲ ਤੋੜ ਦਿੱਤੇ ਗਏ, ਸਕੂਲ ਜਲਾ ਦਿੱਤੇ ਗਏ, ਨਿਰਦੋਸ਼ਾਂ ਨੂੰ ਮਾਰ ਮਾਰ ਕੇ ਜਲਾ ਕੇ ਇੱਕ ਤਾਂਡਵ ਦਿੱਲੀ ਦੇ ਅੰਦਰ ਔਰ ਹਿੰਦੁਸਤਾਨ ਦੇ ਵਿੱਚ ਕਾਂਗਰਸ ਦੀ ਸ਼ਹਿਦ ਉੱਤੇ ਹੋਇਆ ਸੀ। ਔਰ ਮੈਂ ਜਿੱਥੇ ਇਸ ਫੈਸਲੇ ਦਾ ਸਵਾਗਤ ਕਰਨਾ ਔਰ ਮੰਗ ਕਰਨਾ ਕਿ ਘੱਟ ਤੋਂ ਘੱਟ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ਬੜੇ ਜ਼ਖਮ ਪੰਜਾਬੀਆਂ ਨੂੰ, ਹਿੰਦੁਸਤਾਨ ਨੂੰ, ਮਾਨਵਤਾ ਨੂੰ ਇਹਨਾਂ ਲੋਕਾਂ ਨੇ ਦਿੱਤੇ। ਔਰ ਅੱਜ ਤਮਾਂਚਾ ਹੈ ਕਾਂਗਰਸ ਨੂੰ, ਜਿਨ੍ਹਾਂ ਨੇ ਅੱਜ ਵੀ ਸੱਜਣ ਕੁਮਾਰ ਨੂੰ ਆਪਣੀ ਝੋਲੀ 'ਚ ਬਿਠਾ ਕੇ ਰੱਖਿਆ ਸੀ, ਕਾਤਲ ਨੂੰ ਝੋਲੀ 'ਚ ਬਿਠਾ ਕੇ ਰੱਖਿਆ ਸੀ। ਔਰ ਬਾਕੀ ਵੀ ਜਿਹੜੇ ਦੋਸ਼ੀ ਨੇ, ਚਾਹੇ ਉਹ ਟਾਈਟਲਰ ਹੈ, ਚਾਹੇ ਉਹ ਕਮਲਨਾਥ ਹੈ, ਜਾਂ ਬਾਕੀ ਵੀ ਲੋਕ ਨੇ, ਇੱਕ ਵੀ ਵਿਅਕਤੀ ਬਖਸ਼ਿਆ ਨਹੀਂ ਜਾਏਗਾ ਜਿਨ੍ਹਾਂ ਨੇ ਸਿੱਖਾਂ ਦੇ ਗਲਿਆਂ 'ਚ ਟਾਇਰ ਪਾਏ, ਗੁਰਦੁਆਰੇ ਸਾੜੇ, ਧਾਰਮਿਕ ਸਥਲ ਸਾੜੇ, ਸਕੂਲ ਸਾੜੇ। ਉਹ ਸਾਰੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ। ਜਿੱਥੇ ਇਹ ਸਵਾਗਤਯੋਗ ਕਦਮ ਹੈ, ਧੰਨਵਾਦ ਹੈ ਮੋਦੀ ਸਾਹਿਬ ਦਾ, ਧੰਨਵਾਦ ਹੈ ਅਦਾਲਤ ਦਾ, ਉੱਥੇ ਮੰਗ ਹੈ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਕੀਤੀ ਜਾਏ, ਉਮਰ ਕੈਦ ਦੀ ਸਜ਼ਾ ਘੱਟ। 1984 ਸਿੱਖ ਕਤਲੇਆਮ ਦਾ ਇਨਸਾਫ ਮੰਗਦੀਆਂ ਹੋਈਆਂ ਸਿੱਖ ਸੰਗਤਾਂ ਅੱਜ ਤੱਕ ਅੱਡੀਆਂ ਚੱਕ ਚੱਕ ਕੇ ਉਡੀਕ ਕਰਦੀਆਂ ਸੀ ਕਿ ਇਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋਣਗੀਆਂ, ਤੇ ਆਖਰ ਉਹ ਦਿਨ ਹੁਣ ਸ਼ੁਰੂ ਹੋ ਗਏ ਨੇ ਜਦੋਂ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਸਰਕਾਰ ਵੱਲੋਂ ਸ਼ੁਰੂ ਹੋ ਚੁੱਕੀਆਂ ਨੇ। ਤੇ ਆਖਿਰ ਇਸ ਸਾਰੇ ਮਸਲੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀ ਕਿਹਾ, ਆਓ ਸੁਣਦੇ ਹਾਂ। ਸੋ ਅੱਜ ਜੋ ਸੱਜਣ ਕੁਮਾਰ ਨੂੰ ਉਮਰ ਕੈਦ ਕੀਤੀ ਗਈ ਹੈ, ਮੈਂ ਇਸ ਦਾ ਬਹੁਤ ਸਵਾਗਤ ਕਰਦਾ ਕਿ ਸਾਨੂੰ ਨਿਆਂ ਪ੍ਰਣਾਲੀ 'ਤੇ ਹੁਣ ਆਸ ਬੱਝੀ ਹੈ। ਔਰ ਜਿਸ ਲਈ 34 ਸਾਲ ਤੋਂ ਸਾਰੀ ਸਿੱਖ ਕੌਮ, ਜੋ ਪੀੜਿਤ ਪਰਿਵਾਰ ਸੀ, ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਸਿੱਖ ਜਥੇਬੰਦੀਆਂ ਬੜੀ ਜੱਦੋ ਜਹਿਦ ਜਿਹੜੀਆਂ ਸੀ ਕਰ ਰਹੀਆਂ ਸੀਆਂ, ਮੈਂ ਸਮਝਦਾ ਅੱਜ ਜੋ ਇਹ ਨਿਆਂ ਮਿਲਿਆ, ਭਾਵੇਂ ਅਜੇ ਸਮਝਣਾ ਅਧੂਰਾ ਹੈਗਾ, ਕਿਉਂਕਿ ਮੈਂ ਸਮਝਦਾ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ, ਕਿਉਂਕਿ ਸਿੱਖਾਂ ਦਾ ਹਜ਼ਾਰਾਂ ਦਾ ਕਤਲੇਆਮ ਜਿਹੜਾ ਦਿੱਲੀ ਦੇ ਵਿੱਚ ਹੋਇਆ, ਉਹਦੇ ਮੁੱਖ ਦੋਸ਼ੀ ਸੱਜਣ ਕੁਮਾਰ ਸੀ, ਜਿਨ੍ਹਾਂ ਨੇ ਉਸ ਸਾਰੇ ਮੂਵ ਦੀ ਅਗਵਾਈ ਕੀਤੀ ਸੀ, ਹਜ਼ਾਰਾਂ ਸਿੱਖਾਂ ਨੂੰ ਮਰਵਾਇਆ ਸੀ। ਮੈਂ ਸਮਝਦਾ ਕਿ ਉਹਨੂੰ ਜਿਹੜੀ ਹੈ ਫਾਂਸੀ ਦੀ ਜਿਹੜੀ ਹੈ ਸਜ਼ਾ ਹੋਣੀ ਚਾਹੀਦੀ। ਚਲੋ ਫਿਰ ਵੀ ਦੇਰ ਆਏ ਦਰੁਸਤ ਆਏ, ਜੋ ਇਹਦੇ ਨਾਲ ਕੁਛ ਨਾ ਕੁਛ ਉਹਨਾਂ ਪੀੜਿਤ ਪਰਿਵਾਰਾਂ ਨੂੰ ਵੀ ਰਾਹਤ ਮਿਲੇਗੀ। ਔਰ ਮੈਂ ਸਮਝਦਾ ਕੋਈ ਸਿੱਖ ਕੌਮ ਨੇ ਵੀ ਜਿਹੜਾ ਹੈ ਐਡੀ ਜੱਦੋਜਹਿਦ ਕੀਤੀ ਹੈ, ਉਹ ਵੀ ਸਾਰੇ ਅੱਜ ਇਹਦਾ ਸਵਾਗਤ ਕਰਨਗੇ। ਕਮਲਨਾਥ 'ਤੇ ਵੀ ਸਵਾਲ ਖੜੇ ਕੀਤੇ ਗਏ ਸੀ, ਜਿਹੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਾਏ ਨੇ, ਜਿਹੜੇ ਰਿਪੋਰਟਰ ਨੇ ਕਿਹਾ ਸੀਗਾ, ਤੁਸੀਂ ਇਹ ਵੀ ਚਾਹੁੰਦੇ ਹੋ ਵੀ ਉਹਨਾਂ ਨੂੰ ਵੀ? ਬਿਲਕੁਲ ਜੀ ਬਿਲਕੁਲ, ਅਸੀਂ ਚਾਹੁੰਦੇ ਹਾਂ ਕਿ ਦੂਜੇ ਜਿਹੜੇ ਦੋਸ਼ੀ ਨੇ, ਕਮਲਨਾਥ ਨੇ, ਭਾਵੇਂ ਜਗਦੀਸ਼ ਟਾਈਟਲ ਹੈ, ਜਿਹੜੇ ਸੱਜਣ ਕੁਮਾਰ ਵਾਂਗ, ਉਹਨਾਂ ਨੇ ਵੀ ਉਹ ਸਾਰੀ ਮੂਵ ਦੀ ਅਗਵਾਈ ਕਰਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਦਾ ਜਿਹੜਾ ਦੋਸ਼ ਹੈ ਉਹਨਾਂ ਉੱਤੇ ਲੱਗ ਰਿਹਾ ਹੈ। ਮੈਂ ਸਮਝਦਾ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। ਇਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਇੱਕ ਲੂਣ ਛਿੜਕਣ ਵਾਲੀ ਜਿਹੜੀ ਹੈ ਇਹ ਕਾਂਗਰਸ ਕੰਮ ਕਰੀ ਹੈ। ਇੱਥੋਂ ਪ੍ਰਸਿੱਧ ਹੁੰਦਾ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਜਮਾਤ ਹੈ, ਕਿਉਂਕਿ ਉਹਨਾਂ ਦੇ ਸਮੇਂ 'ਚ ਨਾ ਕਿਸੇ ਨੂੰ ਸਜ਼ਾ ਮਿਲੀ ਹੈ ਦੋਸ਼ੀ ਨੂੰ, ਅੱਜ ਜੇ ਸਜ਼ਾ ਮਿਲੀ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਮਿਲੀ ਹੈ। ਉਸ ਨਿਆਂ ਪ੍ਰਣਾਲੀ ਨੇ ਜਿਹੜਾ ਹੈ ਨਿਆਂ ਕੀਤਾ ਸਾਡੇ ਨਾਲ, ਔਰ ਮੈਂ ਸਮਝਦਾ ਇਹ ਇਦੋਂ ਵੀ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਕਮਲਨਾਥ ਨੂੰ ਵੀ ਮਿਲਣੀ ਚਾਹੀਦੀ ਹੈ ਔਰ ਜਗਦੀਸ਼ ਟਾਈਟਲ ਨੂੰ ਮਿਲਣੀ ਚਾਹੀਦੀ ਹੈ, ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਮੈਂ ਅੱਜ
ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀ ਹਾਂ ਕਿਉਂਕਿ 1984 ਦੇ ਉਹ ਕਾਲੇ ਦਿਨ, ਖੂਨ ਕਾ ਬਦਲਾ ਖੂਨ, ਜਬ ਇੱਕ ਬੜਾ ਦਰਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ, ਇਹ ਸ਼ਬਦ ਜਦ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕਹੇ ਗਏ ਦੂਰਦਰਸ਼ਨ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਖੂਨ ਕਾ ਬਦਲਾ ਖੂਨ ਦੇ ਨਾਰੇ ਲਗਾਏ ਗਏ, ਤੇ ਮੇਰੇ ਵਰਗੇ ਕਿੰਨੇ ਸਾਰੇ ਪੀੜਿਤ ਪਰਿਵਾਰ ਸੀਗੇ ਜਿਨ੍ਹਾਂ ਨੂੰ ਜਾਨ ਬਚਾਉਣਾ ਔਖਾ ਸੀ, ਲੇਕਿਨ ਜਿੱਥੇ ਵਾਹਿਗੁਰੂ ਨੇ ਅਪਾਰ ਕਿਰਪਾ ਕਰਕੇ ਅਸੀਂ ਤਾਂ ਬਚ ਗਏ, ਲੇਕਿਨ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਜਿਨ੍ਹਾਂ ਦੇ ਸ਼ਰੇਆਮ ਪਰਿਵਾਰ ਦੇ ਸਾਹਮਣੇ ਟਾਇਰ ਪਾ ਕੇ ਗਲਾਂ 'ਚ ਸਾੜ ਕੇ ਉਹਨਾਂ ਨੂੰ ਇਹ ਬੇਰਹਿਮੀ ਦੀ ਮੌਤ ਦਿੱਤੀ ਗਈ, ਉਹਨਾਂ ਕਾਂਗਰਸ ਪ੍ਰਧਾਨ ਮੰਤਰੀ ਦੇ ਇਸ਼ਾਰੇ 'ਚ ਕਾਂਗਰਸ ਦੇ ਲੀਡਰਾਂ ਦੇ ਸਿੱਖਾਂ ਦੇ ਘਰ 'ਤੇ ਜਾ ਕੇ ਪੁਲਿਸ ਦੀ ਮਦਦ ਦੇ ਨਾਲ ਇੱਕ ਇੱਕ ਘਰ ਨੂੰ ਜਾ ਕੇ ਮਾਕ ਕਰਕੇ ਉਹਨਾਂ ਨੂੰ ਘਰੋਂ ਕੱਢ ਕੇ ਜੋ ਕੁਛ ਹੋਇਆ ਉਹ ਅੱਜ ਵੀ ਜਦ ਮੈਂ ਸੋਚਦੀ ਹਾਂ ਤਾਂ ਮੇਰੇ ਅੱਜ ਵੀ ਰੋਂਗਟੇ ਖੜ੍ਹੇ ਹੁੰਦੇ ਨੇ। 18 ਸਾਲ ਦੀ ਛੋਟੀ ਉਮਰ 'ਚ ਮੈਂ ਜਾ ਕੇ ਜਦੋਂ ਕੈਂਪਾਂ 'ਚ ਕੰਮ ਕੀਤਾ ਜਿੱਥੇ ਮੇਰਾ ਕੰਮ ਸੀ ਕਿ ਹਰੇਕ ਦਾ ਬਿਆਨ ਮੈਂ ਦਰਜ ਕਰਾਂ ਅਤੇ ਵਿਛੜੇ ਹੋਏ ਪਰਿਵਾਰਾਂ ਨੂੰ ਮੈਂ ਮਿਲਾਵਾਂ, ਜਿਸ ਤਰ੍ਹਾਂ ਦੀ ਮੇਰੀ ਭੈਣਾਂ ਦੀ ਬੋਲਤੀ ਬੰਦ ਹੋ ਗਈ ਸੀ, ਜਿਵੇਂ ਛੋਟੇ ਛੋਟੇ ਬੱਚੇ ਇਕੱਲੇ ਰੋਂਦੇ ਰਹਿੰਦੇ ਸੀ, ਉਹਦੇ ਮੂੰਹ ਤੋਂ ਜ਼ਬਾਨ ਤੋਂ ਕੋਈ ਸ਼ਬਦ ਨਹੀਂ ਨਿਕਲਦੇ ਸੀਗੇ, ਉਹ ਚੀਜ਼ਾਂ ਮੈਨੂੰ ਅੱਜ ਵੀ ਯਾਦ ਹੈ। 2009 'ਚ ਮੈਂਬਰ ਆਫ ਪਾਰਲੀਮੈਂਟ ਬਣਨ ਦੇ ਬਾਅਦ ਮੈਂ ਜੇ ਮੇਡਨ ਸਪੀਚ ਕੀਤੀ, ਮੈਂ ਆਪਣੇ ਦਿਲ ਤੋਂ ਪੁੱਛਿਆ ਕਿ ਅੱਜ ਮੈਨੂੰ ਕੀ ਬੋਲਣਾ ਚਾਹੀਦਾ ਹੈਗਾ, ਅਤੇ ਬਾਕੀ ਸਾਰੀ ਚੀਜ਼ਾਂ ਪਿੱਛੇ ਹਟ ਕੇ ਮੈਂ ਉਹ ਦਰਦ ਬਿਆਨ ਕੀਤਾ ਜਿਹੜੀ ਮੇਰੀ ਵਰਗੀ ਭੈਣਾਂ ਜਿਹਦੇ ਸਾਰਾ ਸਾਡਾ ਪਰਿਵਾਰ ਬਚ ਗਿਆ, ਲੇਕਿਨ ਅੱਜ ਵੀ ਉਹ ਵਿਧਵਾ ਕਲੋਨੀ ਬਸਦੀ ਹੈ ਜਿੱਥੇ ਹਜ਼ਾਰਾਂ ਭੈਣਾਂ ਨੇ ਇੰਨੇ ਸਾਲਾਂ ਤੋਂ ਗਰੀਬੀ 'ਤੇ ਤਾਂ ਜੀ ਰਹੀਆਂ ਨੇ ਲੇਕਿਨ ਇਨਸਾਫ਼ ਦੀ ਲੜਾਈ ਤੋਂ ਪਿੱਛੇ ਨਹੀਂ ਹਟੀਆਂ ਨੇ। ਮੈਂ ਉਹਨਾਂ ਦੀ ਆਵਾਜ਼ ਬਣ ਕੇ ਉਹਨਾਂ ਦੀ ਆਵਾਜ਼ ਉਠਾਈ, ਅਤੇ ਜੇ ਮੈਂ ਕਹਾਂ ਕਿ ਅੱਜ ਮੇਰੇ ਵਾਸਤੇ ਗੁਰੂ ਸਾਹਿਬ ਨੇ ਸਭ ਤੋਂ ਵੱਡਾ ਇਮਤਿਹਾਨ ਜਿਹੜਾ ਇਸ ਸਰਕਾਰ ਦੇ ਵਿੱਚ ਨੁਮਾਇੰਦਗੀ ਹੋਣ ਤੋਂ ਬਾਅਦ ਜੇ ਮੈਂ ਸਮਝਦੀ ਸੀ ਕਿ ਮੇਰੇ ਉੱਤੇ ਸਭ ਤੋਂ ਵੱਡਾ ਬੋਝ ਸੀ ਕਿ ਜੇ ਵਾਜਪਾਈ ਸਾਹਿਬ ਦੀ ਸਰਕਾਰ ਬਣੀ ਤਾਂ ਨਾਨਾਵਤੀ ਕਮਿਸ਼ਨ ਬਣੀ, 10 ਕਮਿਸ਼ਨਾਂ ਦੇ ਬਾਅਦ ਪਹਿਲੀ ਕਮਿਸ਼ਨ ਜਿਨ੍ਹਾਂ ਨੇ ਹਕੀਕਤ 84 ਦੇ ਕਤਲੇਆਮ ਦੀ ਦਰਜ ਹੋਈ, ਅਤੇ ਆਪਣੀ ਸਰਕਾਰ ਦੇ ਹਿੱਸਾ ਹੋਣ ਦੇ ਨਾਤੇ 2014 ਤੋਂ ਪਹਿਲੀ ਹੀ ਸਾਡੀ ਮੰਗ ਰਹੀ ਕਿ 34 ਸਾਲ ਤੋਂ 30 ਸਾਲਾਂ ਤੋਂ ਜਿਹੜਾ ਸਾਨੂੰ ਇਨਸਾਫ਼ ਨਹੀਂ ਮਿਲਿਆ ਸੀ, ਇਸ ਇਨਸਾਫ਼ ਵੱਲ ਇਹ ਸਰਕਾਰ ਕੋਈ ਕਦਮ ਚੱਕੇ। ਮੈਂ ਮੋਦੀ ਸਾਹਿਬ ਦਾ ਸ਼ੁਕਰਾਨਾ ਕਰਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੰਗ ਦੇ ਉੱਤੇ ਉਹਨਾਂ ਨੇ 2015 'ਚ SIT ਬਣਾਈ, ਜਿਹੜੀ SIT ਦੇ ਬਣਨ ਦੇ ਨਾਲ ਜਿਹੜੇ ਕੇਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੀ ਪਾਰਟੀ ਲਗਾਤਾਰ ਉਹਨਾਂ ਮਜ਼ਲੂਮਾਂ ਵਾਸਤੇ ਲੜ ਰਹੀ ਸੀਗੀ ਜਿਨ੍ਹਾਂ ਦੇ ਕੋਲ ਕਾਂਗਰਸ ਦੇ ਸਾਹਮਣੇ ਲੜਾਈ ਲੜਨ ਦੀ ਤਾਕਤ ਨਹੀਂ ਸੀ, ਲੇਕਿਨ ਹੁਣ ਬੇਖੌਫ ਹੋ ਕੇ ਉਹਨਾਂ ਨੇ ਇੱਕ ਵਾਰ ਫਿਰ ਆਪਣੇ ਬਿਆਨ ਕੀਤੇ, ਜਿਹੜਾ ਆਪਾਂ ਦੇਖਿਆ ਕਿ ਮਹੀਨਾ ਪਹਿਲੇ 34 ਸਾਲ ਬਾਅਦ ਦੋ ਬੰਦਿਆਂ ਨੂੰ, ਨਰੇਸ਼ ਰਾਵਤ ਅਤੇ ਯਸ਼ਪਾਲ ਨੂੰ, ਇੱਕ ਨੂੰ ਫਾਂਸੀ ਦੀ ਅਤੇ ਇੱਕ ਨੂੰ ਉਮਰ ਕੈਦ ਨੂੰ, 14 ਨਵੰਬਰ ਤੋਂ SIT ਤੋਂ ਇਤਿਹਾਸਿਕ ਸਾਲ ਦੇ ਅੰਦਰ ਟ੍ਰਾਇਲ ਹੋਇਆ ਅਤੇ ਸਾਲ ਦੇ ਅੰਦਰ ਕਨਵਿਕਸ਼ਨ ਵੀ ਹੋ ਗਈ। ਇਸ ਬੇਸਿਸ ਦੇ ਨਾਲ ਹੁਣ ਹਾਈਕੋਰਟ ਦੀ ਜਿਹੜੀ ਇਹ ਜਜਮੈਂਟ ਆਈ ਹੈ ਇਹ ਬਿਲਕੁਲ ਹੀ ਹਿਸਟੋਰਿਕ, ਜਿਹੜੀ ਵੀਲਸ ਆਫ ਜਸਟਿਸ ਰੋਕ ਦਿੱਤੀ ਗਈ ਸੀ ਅੱਜ ਵੀਲਸ ਆਫ ਜਸਟਿਸ ਇਨਸਾਫ਼ ਦੇਣ ਵਾਸਤੇ ਇੱਕ ਵਾਰ ਫਿਰ ਤੁਰ ਗਈਆਂ ਨੇ। 5 ਬੰਦੇ ਜਿਹੜੇ ਇਹਦੇ ਨਾਲ ਸੱਜਣ ਕੁਮਾਰ ਦੇ ਨਾਲ ਕਨਵਿਕਟ ਹੋਏ ਸੀਗੇ 4-5 ਸਾਲ ਪਹਿਲੇ, ਅਤੇ ਇਕੱਲੇ ਸੱਜਣ ਕੁਮਾਰ ਨੂੰ ਬਚਾ ਦਿੱਤਾ ਗਿਆ ਸੀਗਾ, ਇਹਨੂੰ ਕੱਢ ਦਿੱਤਾ, ਕੁਇਟ ਕਰ ਦਿੱਤਾ ਗਿਆ ਸੀ। ਜੇ ਕੋਈ ਗਰੀਬ ਜਾ ਕੇ, ਜੇ ਕੋਈ ਆਈ ਵਿਟਨੈਸ ਜਾ ਕੇ ਆਪਣਾ ਬਿਆਨ ਦਰਜ ਕਰਾਉਂਦਾ ਸੀ ਤਾਂ ਪੁਲਿਸ ਇਹਨਾਂ ਨੂੰ
ਟਾਈਟਲਰ ਤੇ ਸੱਜਣ ਨੂੰ ਦੱਸਦੀ ਸੀ ਜਿਹੜਾ ਉਹਨਾਂ ਦੇ ਉੱਤੇ ਪ੍ਰੈਸ਼ਰ ਡਾਲ ਕੇ ਡਰਾ ਧਮਕਾ ਕੇ ਤੇ ਕਿਹੋ ਜਿਹਾ ਹਿਸਟੋਰਿਕ ਵਰਡਿਕਟ ਕੋਰਟ ਨੇ ਦਿੱਤਾ ਕਿ ਪੋਲੀਟੀਕਲ ਪੇਟਰਨੇਜ ਦੇ ਕਾਰਨ ਜਸਟਿਸ ਹੈਜ਼ ਬੀਨ ਡੀਰੇਲਡ। ਇਸ ਤੋਂ ਵੱਡੀ ਕੀ ਗੱਲ ਹੋ ਸਕੀ ਕਿ ਕੋਰਟ ਕਹਿ ਰਹੀ ਹੈ ਜਿਹੜਾ ਹਰੇਕ ਹਿੰਦੁਸਤਾਨੀ ਜਾਂਦਾ ਸੀ ਦੈਟ ਪੋਲੀਟੀਕਲ ਪੇਟਰਨੇਜ ਦੇ ਕਾਰਨ ਸੱਜਣ ਕੁਮਾਰ ਤੇ ਟਾਈਟਲਰ ਵਰਗੇ ਅੱਜ ਵੀ ਸ਼ਰੇਆਮ ਘੁੰਮ ਰਹੇ ਨੇ, ਇਹ ਗਾਂਧੀ ਪਰਿਵਾਰ ਦੀ ਪੋਲੀਟੀਕਲ ਪੇਟਰਨੇਜ ਦੇ ਕਾਰਨ ਹੈ। ਤੇ ਬਿਲਕੁਲ ਜਿਵੇਂ ਚੀਮਾ ਸਾਹਿਬ ਨੇ ਕਿਹਾ, ਜਿਸ ਪਾਰਟੀ ਨੂੰ ਅੱਜ ਅਦਾਲਤ ਨੇ ਹੀ ਕਹਿਤਾ ਕਿ ਪੋਲੀਟੀਕਲ ਪੇਟਰਨੇਜ ਮਿਲ ਰਹੀ ਹੈ ਤੇ ਹੋਰ ਕਿਸੇ ਨੂੰ ਕੀ ਕਹਿਣ ਦੀ ਲੋੜ ਹੈ, ਆਪਾਂ ਤਾਂ ਹਕੀਕਤ ਸਾਰੇ ਜਾਣਦੇ ਸੀ। ਐਂਡ ਲੁੱਕ ਐਟ ਦ ਐਕਸਟੈਂਟ ਆਫ ਦ ਪੇਟਰਨੇਜ ਵੇਅਰ ਵਨ ਅਕਿਊਜ਼ਡ ਇਜ਼ ਬੀਂਗ ਸਵਾਨ ਇਨ ਐਜ਼ ਚੀਫ ਮਿਨਿਸਟਰ, ਦੀ ਅਦਰ ਅਕਿਊਜ਼ਡ ਇਜ਼ ਬੀਂਗ ਗਿਵਨ ਲਾਈਫ ਸੈਂਟੈਂਸ ਬਾਈ ਦ ਕੋਰਟਸ। ਦਿਸ ਇਜ਼ ਦ ਐਕਸਟੈਂਟ ਆਫ ਦ ਪੋਲੀਟੀਕਲ ਪੇਟਰਨੇਜ ਆਫ ਦ ਗਾਂਧੀ ਫੈਮਿਲੀ। ਆਈ ਥਿੰਕ ਦ ਗਾਂਧੀ ਫੈਮਿਲੀ ਹੈਜ਼ ਅ ਲੋਟ ਟੂ ਆਂਸਰ ਫੋਰ। Today I demand answers from Rahul Gandhi, who said just a few months ago that Congress had no hand, congressmen had no hand in the genocide. This is the extent that Congress party has come to after 34 years of misusing Delhi police, CBI and every platform to clean out every kind of proof that there was, by ensuring that they have pressurized and threatened and scared of every eyewitness. Today, not only against Kamal Nath, not only against Jagdish Taitlar, and not only against Sajjan Kumar, there are 186 cases which have been reopened in the SIT. And I am confident and I am thankful to Prime Minister Modi, who constituted this SIT. I am grateful to the High Court, who has given such a landmark judgment, which today gives us hope that yes, it's Sajjan Kumar today, it will be Jagdish Taitlar tomorrow, it will be Kamal Nath after that, and eventually it will be the Gandhi family who will be answerable. And I demand that action be taken against Sonia Gandhi, who must have been compliance in all that Rajiv Gandhi was planning and perpetrating when he says, when a big tree falls, the earth will shake. And who Jagdish Taitlar himself has said that sham ko mere saath Rahul Rajiv ji unko main sham ko ghumane le jata tha apni gaadi mein dikhane ke liye during the 3 days when the army was not called out and these goons were let loose on the Sikhs. So today, while I'm grateful to the court, I think also what needs to be seen is the kind of lawyers who are fighting on behalf of Sajjan Kumar is also a very telling tale. The fact that the High Court has talked about the political patronage, it says everything. So when I say that today is a historic day to ensure that justice is being served, I think the Congress party, Rahul Gandhi and Captain Amrinder Singh have a lot to answer for, where one accused is being sworn in and another accused is being given a life sentence. Thank you. Ithe ch, for your information ji, for your information, that like in the case of Christian Michel. ਗੁਰਪਿਆਰਿਓ, ਅਕਸਰ ਕਿਹਾ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੱਖ ਵੱਖ ਆਵਾਜ਼ਾਂ ਉੱਠਦੀਆਂ ਨੇ, ਸਿੱਖ ਕੌਮ ਦੀ ਆਜ਼ਾਦੀ ਵਾਸਤੇ ਆਵਾਜ਼ਾਂ ਉੱਠਦੀਆਂ ਨੇ। ਇਹ ਆਵਾਜ਼ਾਂ ਕਦੇ ਨਾ ਉੱਠਣ ਜੇਕਰ ਸਰਕਾਰਾਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਹਰ ਫੈਸਲਾ ਕਰੇ। ਗੱਲ ਸਿਰਫ ਸਿੱਖ ਕੌਮ ਦੀ ਨਹੀਂ, ਬੇਸ਼ੱਕ ਬੋਧੀ ਹੋਣ, ਜੈਨੀ ਹੋਣ, ਮੁਸਲਮਾਨ ਵੀਰ ਹੋਣ ਜਾਂ ਈਸਾਈ ਹੋਣ, ਕਿਸੇ ਵੀ ਕੌਮ ਨੂੰ ਕਦੇ ਵੀ ਅਜਿਹਾ ਨਹੀਂ ਲੱਗਣਾ ਚਾਹੀਦਾ ਕਿ ਉਹਨਾਂ ਨੂੰ ਘੱਟ ਗਿਣਤੀ ਕਰਕੇ ਦਬਾਇਆ ਜਾ ਰਿਹਾ ਹੈ ਜਾਂ ਉਹਨਾਂ ਦੇ ਬਣਦੇ ਹੱਕ ਉਹਨਾਂ ਤੋਂ ਖੋਹੇ ਜਾ ਰਹੇ ਨੇ। ਜੇਕਰ ਸਮੇਂ ਦੀਆਂ ਸਰਕਾਰਾਂ, ਸੂਬੇ ਦੀਆਂ ਸਰਕਾਰਾਂ, ਦੇਸ਼ ਦੀਆਂ ਸਰਕਾਰਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਤਾਂ ਕਦੇ ਹੋ ਹੀ ਨਹੀਂ ਸਕਦਾ ਕਿਸੇ ਵੀ ਮੁਲਕ ਦੇ ਵਿੱਚੋਂ ਕੋਈ ਵੀ ਘੱਟ ਗਿਣਤੀ ਵੱਖਵਾਦੀ ਵਿਚਾਰਧਾਰਾ ਲੈ ਕੇ ਸਾਹਮਣੇ ਖੜੀ ਹੋਵੇ। ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।